ਤੁਸੀਂ ਜਿਹੋ ਜਿਹਾ ਕੈਰੈਕਟਰ ਕਰਦੇ ਹੋ ਕੋਈ ਕਈ ਵਾਰ ਉਹ ਕੈਰੈਕਟਰ ਤੁਹਾਡੇ ਤੇ ਪ੍ਰਭਾਵ ਰਹਿੰਦਾ ਪ੍ਰਭਾਵ ਰਹਿੰਦਾ ਜੀ ਜੀ ਸੋ ਕਈ ਬੰਦਿਆਂ ਨੇ ਮੈਨੂੰ ਬੜੇ ਗੁੱਸੇ ਵਾਲੇ ਵੀ ਰੋਲ ਦਿੱਤੇ ਜਿਵੇਂ ਮੇਰੀ ਇੱਕ ਫਿਲਮ ਆਈ ਸੀ ਬੰਬੂ ਕਾਟ ਉਹਦੇ ਵਿੱਚ ਐਮੀ ਵਿਰਕ ਹੋਰੀ ਹਾਲਾਂਕਿ ਪਹਿਲਾਂ ਉਹਨਾਂ ਨੇ ਅਰਦਾਸ ਫਿਲਮ ਅਤੇ ਅੰਗਰੇਜ਼ ਫਿਲਮ ਕਰ ਲਈ ਸੀ ਪਰ ਜਿਹੜੇ ਫੁੱਲ ਫਲੈਜ ਹੀਰੋ ਉਹਦੇ ਵਿੱਚ ਪਹਿਲੀ ਵਾਰ ਆ ਰਹੇ ਸੀ ਸੋ ਉਹ ਫਿਲਮ ਜਦੋਂ ਸ਼ੂਟ ਕਰਦੇ ਸੀ ਮੈਨੂੰ ਯਾਦ ਹੈ ਕਿ ਜਿਹੜੇ ਐਮੀ ਵਿਰਕ ਦੇ ਨਾਲ ਦੇ ਦੋਸਤ ਮਿੱਤਰ ਸੀ ਜਦੋਂ ਅਸੀਂ ਸੀਨ ਕੀਤਾ ਤਾਂ ਮੈਨੂੰ ਉਹਨੂੰ ਗੁੱਸੇ ਹੋਣ ਦਾ ਸੀਨ ਸੀ ਜੀ ਤਾਂ ਉਹ ਨਾਲ ਦੇ ਬੰਦੇ ਕਹਿੰਦੇ ਯਾਰ ਬਾਈ ਤੈਨੂੰ ਇਹ ਤਾਂ ਬਹੁਤ ਪੈਂਦਾ ਹੈ ਬੰਦਾ ਸੋ ਮੈਂ ਕਿਹਾ ਭਰਾਵਾ ਮੇਰੀ ਕੋਈ ਦੁਸ਼ਮਣੀ ਥੋੜ੍ਹੀ ਮੈਂ ਤਾਂ ਰੋਲ ਕਰ ਰਿਹਾ ਜਿਹੋ ਜਿਹਾ ਰੋਲ ਮਿਲਿਆ ਸੋ ਕਈ ਵਾਰ ਹਾਂ ਉਸ ਟਾਈਮ ਤੁਹਾਡੇ 'ਤੇ ਰੋਲ ਦਾ ਪ੍ਰਭਾਵ ਰਹਿੰਦਾ ਤੁਸੀਂ ਉਹ ਜਿਹਾ 30-35 ਦਿਨ ਜ਼ਿੰਦਗੀ ਜਿਹੜੀ ਜਿਉਂਦੇ ਹੋ ਉਹ ਕੁਛ ਦਿਨ ਜਾਣ ਉਹ 'ਚੋਂ ਨਿਕਲਣ ਤੁਹਾਨੂੰ ਟਾਈਮ ਲੱਗ ਸਕਦਾ ਪਰ ਕਲਾਕਾਰ ਮੈਨੂੰ ਲੱਗਦਾ ਹਮੇਸ਼ਾ ਅਲੱਗ ਅਲੱਗ ਤਰ੍ਹਾਂ ਦੇ ਸੁਭਾਅ ਦੇ ਵਿੱਚ ਜਿਉਂਦਾ ਕਈ ਵਾਰ ਉਹ ਕੋਈ ਕਮੇਡੀ ਫਿਲਮ ਕਰਦਾ ਤਾਂ ਕਈ ਵਾਰ ਸਾਨੂੰ ਵੀ ਲੋਕ ਕਹਿ ਲੈਂਦੇ ਵੀ ਅੱਜ ਕੱਲ੍ਹ ਤੂੰ ਬਹੁਤ ਯਾਰ ਛੁਰਲੀਆਂ ਛੱਡਦਾ ਤੂੰ ਬਹੁਤ ਵਿਅੰਗ ਮਾਰਦਾ ਸੋ ਤੁਸੀਂ ਉਹੀ ਜਿਹੀ ਫਿਲਮ ਦਾ ਹਿੱਸਾ ਬਣੇ ਹੁੰਦੇ ਹੋ ਉਹ ਤੁਹਾਡੇ 'ਤੇ ਪ੍ਰਭਾਵ ਕਈ ਵਾਰ ਰੰਗ ਛੱਡ ਕੇ ਜਾਂਦੀ ਆਪਣਾ ਸੋ ਕਈ ਵਾਰ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਸੀਰੀਅਸ ਹੋ ਤੁਸੀਂ ਕੋਈ ਉਹੋ ਜਿਹੇ ਪ੍ਰੋਜੈਕਟ ਨਾਲ ਜੁੜੇ ਹੁੰਦੇ ਹੋ ਤੁਸੀਂ ਤੁਹਾਡੇ ਮਨ 'ਚ ਉਹੀ ਚੱਲਦਾ ਰਹਿੰਦਾ ਉਹ 'ਚੋਂ ਨਿਕਲਣਾ ਥੋੜ੍ਹਾ ਜਿਹਾ ਔਖਾ ਹੁੰਦਾ ਕਿਉਂਕਿ ਕਲਾਕਾਰੀ ਦੇ ਵਿੱਚ ਮੈਂ ਸਮਝਦਾ ਹੁਣ ਹੋ ਸਕਦਾ ਮੈਂ ਇੰਨਾ ਉਨਾ ਵਧੀਆ ਕਲਾਕਾਰ ਤਾਂ ਨਹੀਂ ਵੀ ਮੇਰੇ ਕੋਲ ਇੱਕ ਸਵਿੱਚ ਹੋਵੇ ਜਿਹੜੀ ਵੀ ਸਵਿੱਚ ਔਨ ਕੀਤੀ ਬੰਦਾ ਅਫਸਰ ਬਣ ਗਿਆ ਸਵਿੱਚ ਔਨ ਕੀਤੀ ਗਰੀਬ ਬਣ ਗਿਆ ਸਵਿੱਚ ਔਨ ਕੀਤੀ ਬੰਦਾ ਕਿਸਾਨ ਬਣ ਗਿਆ ਸਵਿੱਚ ਔਨ ਕੀਤੀ ਟੀਚਰ ਬਣ ਗਿਆ ਸੋ ਸਾਨੂੰ ਵੀ ਥੋੜ੍ਹਾ ਟਾਈਮ ਲੱਗਦਾ ਕਿਉਂਕਿ ਅਸੀਂ ਥੋੜ੍ਹਾ ਜਿਹਾ ਸੀਰੀਅਸ ਲੈਂਦੇ ਹਾਂ ਪਰ ਅੱਜ ਕੱਲ੍ਹ ਬੱਚੇ ਬਹੁਤ ਜਿਹੜੇ ਅੱਛੇ ਟੈਲੈਂਟਡ ਲੋਕ ਆ ਰਹੇ ਨੇ ਉਹਨਾਂ ਨੂੰ ਤਾਂ ਤੁਸੀਂ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਚੇਂਜ ਹੋ ਜਾਂਦੇ ਨੇ ਸੀਨ ਤੋਂ ਬਾਅਦ ਬਾਹਰ ਨਿਕਲੇ ਸੋ ਇਹੋ ਜਿਹਾ ਮਸਲਾ